ਦਿਲਰੋਜ਼ ਕਤਲ ਕਾਂਡ ਦੇ ਵਿੱਚ ਕੋਰਟ ਦੇ ਵੱਲੋਂ ਅੱਜ ਫੈਸਲਾ ਸੁਣਾਇਆ ਜਾਵੇਗਾ। ਪਰਿਵਾਰ ਦੀ ਮੰਗ ਹੈ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਵੇ। ਗੁਆਂਢਣ ਨੀਲਮ ਨੇ ਮਾਸੂਮ ਬੱਚੀ ਦਾ ਕਤਲ ਕੀਤਾ ਸੀ, ਜਿਉਂਦੀ ਨੂੰ ਧਰਤੀ ਦੇ ਵਿੱਚ ਦੱਬ ਦਿੱਤਾ ਸੀ, ਜਿਸ ਤੋਂ ਬਾਅਦ ਪੂਰਾ ਪੰਜਾਬ ਦਹਿਲ ਗਿਆ। 28 ਨਵੰਬਰ 2021 ਦਾ ਇਹ ਪੂਰਾ ਮਾਮਲਾ ਹੈ। ਤਾਂ ਜਿਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ। ਕਾਬਿਲੇ ਗੌਰ ਹੈ ਕਿ ਮੁਲਜ਼ਮ ਔਰਤ ਤਲਾਕਸ਼ੁਦਾ ਹੈ ਅਤੇ ਉਸਦੇ 2 ਬੱਚੇ ਨੇ। ਪੀੜਤ ਧਿਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਗੰਭੀਰ ਹੈ, ਇਸ ਲਈ ਉਸਨੇ ਕਈ ਅਦਾਲਤੀ ਫੈਸਲੇ ਵੀ ਪੇਸ਼ ਕੀਤੇ ਨੇ। ਦੱਸ ਦਈਏ ਕਿ 2.5 ਸਾਲ ਪਹਿਲਾਂ 2.5 ਸਾਲ ਦੀ ਮਾਸੂਮ ਦਿਲਰੋਜ਼ ਦਾ ਉਸਦੀ ਗੁਆਂਢ ਦੇ ਵਿੱਚ ਰਹਿਣ ਵਾਲੀ ਨੀਲਮ ਨਾਂ ਦੀ ਔਰਤ ਨੇ ਕਤਲ ਕੀਤਾ ਸੀ। ਬੱਚੀ ਦੀ ਮਾਂ ਨੇ ਇਸ ਮੌਕੇ ਮੁਲਜ਼ਮ ਔਰਤ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ। ਮਾਸੂਮ ਬੱਚੀ ਨੂੰ ਉਸਦੇ ਘਰ ਤੋਂ ਕਰੀਬ 10 ਕਿਲੋਮੀਟਰ ਦੂਰ ਇੱਕ ਥਾਂ ਤੇ ਲਿਜਾ ਕੇ ਜ਼ਿੰਦਾ ਦਫ਼ਨ ਕੀਤਾ ਗਿਆ ਸੀ। ਕਾਤਲ ਨੀਲਮ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਦਿਲਰੋਜ਼ ਨੂੰ ਐਲਡੀਕੋ ਨੇੜੇ ਖਾਲੀ ਥਾਂ ਤੇ ਲੈ ਗਈ। ਉੱਥੇ ਉਸਨੇ ਇੱਕ ਟੋਆ ਪੁੱਟਿਆ ਤੇ ਜ਼ਿੰਦਾ ਦੱਬ ਦਿੱਤਾ। ਨੀਲਮ ਦੇ ਇਸ ਖੁਲਾਸੇ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਮੌਕੇ ਤੇ ਪਹੁੰਚ ਗਏ ਅਤੇ ਬੱਚੀ ਨੂੰ ਟੋਏ ਦੇ ਵਿੱਚੋਂ ਬਾਹਰ ਕੱਢਿਆ। ਤੁਰੰਤ DMC ਹਸਪੀਟਲ ਦੇ ਵਿੱਚ ਲੈ ਗਏ, ਪਰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਨੀਲਮ ਦੇ ਵਿਰੁੱਧ IPC ਦੀ ਧਾਰਾ 364 ਤਹਿਤ ਕਤਲ ਦੇ ਇਰਾਦੇ ਨਾਲ ਅਗਵਾ ਕਰਨ ਦੇ ਦੋਸ਼ ਨੇ। ਇਸ ਤੋਂ ਇਲਾਵਾ ਬੱਚੀ ਦੀ ਮੌਤ ਤੋਂ ਬਾਅਦ ਕਤਲ 302 ਅਤੇ ਸਬੂਤ ਨਸ਼ਟ ਕਰਨ 201 ਦੀਆਂ ਵਾਧੂ ਧਰਾਵਾਂ ਵੀ ਜੋੜ ਦਿੱਤੀਆਂ ਨੇ। ਉਦੋਂ ਤੋਂ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ। ਹੁਣ ਅਦਾਲਤ ਨੇ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ। ਥੋੜੇ ਸਮੇਂ ਬਾਅਦ ਫੈਸਲਾ ਆਵੇਗਾ ਕਿ ਦੋਸ਼ੀ ਨੂੰ ਕੀ ਸਜ਼ਾ ਦਿੱਤੀ ਗਈ ਹੈ, ਫਾਂਸੀ ਜਾਂ ਉਮਰ ਕੈਦ। ਪਰ ਦੂਜੇ ਪਾਸੇ ਪੀੜਤ ਪਰਿਵਾਰ ਫਾਂਸੀ ਦੀ ਸਜ਼ਾ ਮੰਗ ਰਿਹਾ ਔਰ ਦਿਲਰੋਜ਼ ਦੇ ਕਤਲ ਨੂੰ ਲੈ ਕੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਲਈ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ। 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਇਹ ਕਤਲਕਾਂਡ ਹੋਇਆ ਸੀ, ਜਿਸ ਦੇ ਨਾਲ ਪੂਰਾ ਪੰਜਾਬ ਦਹਿਲ ਗਿਆ ਸੀ। ਦਿਲਰੋਜ਼ ਕਤਲ ਕਾਂਡ ਦੇ ਵਿੱਚ ਕੋਰਟ ਦੇ ਵੱਲੋਂ ਅੱਜ ਫੈਸਲਾ ਸੁਣਾਇਆ ਜਾਵੇਗਾ। ਪਰਿਵਾਰ ਦੀ ਮੰਗ ਹੈ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਵੇ। ਗੁਆਂਢਣ ਨੀਲਮ ਨੇ ਮਾਸੂਮ ਬੱਚੀ ਦਾ ਕਤਲ ਕੀਤਾ ਸੀ, ਜਿਉਂਦੀ ਨੂੰ ਧਰਤੀ ਦੇ ਵਿੱਚ ਦੱਬ ਦਿੱਤਾ ਸੀ, ਜਿਸ ਤੋਂ ਬਾਅਦ ਪੂਰਾ ਪੰਜਾਬ ਦਹਿਲ ਗਿਆ। 28 ਨਵੰਬਰ 2021 ਦਾ ਇਹ ਪੂਰਾ ਮਾਮਲਾ ਹੈ। ਤਾਂ ਜਿਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ। ਕਾਬਿਲੇ ਗੌਰ ਹੈ ਕਿ ਮੁਲਜ਼ਮ ਔਰਤ ਤਲਾਕਸ਼ੁਦਾ ਹੈ ਅਤੇ ਉਸਦੇ 2 ਬੱਚੇ ਨੇ। ਪੀੜਤ ਧਿਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਗੰਭੀਰ ਹੈ, ਇਸ ਲਈ ਉਸਨੇ ਕਈ ਅਦਾਲਤੀ ਫੈਸਲੇ ਵੀ ਪੇਸ਼ ਕੀਤੇ ਨੇ। ਦੱਸ ਦਈਏ ਕਿ 2.5 ਸਾਲ ਪਹਿਲਾਂ 2.5 ਸਾਲ ਦੀ ਮਾਸੂਮ ਦਿਲਰੋਜ਼ ਦਾ ਉਸਦੀ ਗੁਆਂਢ ਦੇ ਵਿੱਚ ਰਹਿਣ ਵਾਲੀ ਨੀਲਮ ਨਾਂ ਦੀ ਔਰਤ ਨੇ ਕਤਲ ਕੀਤਾ ਸੀ। ਬੱਚੀ ਦੀ ਮਾਂ ਨੇ ਇਸ ਮੌਕੇ ਮੁਲਜ਼ਮ ਔਰਤ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ। ਮਾਸੂਮ ਬੱਚੀ ਨੂੰ ਉਸਦੇ ਘਰ ਤੋਂ ਕਰੀਬ 10 ਕਿਲੋਮੀਟਰ ਦੂਰ ਇੱਕ ਥਾਂ ਤੇ ਲਿਜਾ ਕੇ ਜ਼ਿੰਦਾ ਦਫ਼ਨ ਕੀਤਾ ਗਿਆ ਸੀ। ਕਾਤਲ ਨੀਲਮ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਦਿਲਰੋਜ਼ ਨੂੰ ਐਲਡੀਕੋ ਨੇੜੇ ਖਾਲੀ ਥਾਂ ਤੇ ਲੈ ਗਈ। ਉੱਥੇ ਉਸਨੇ ਇੱਕ ਟੋਆ ਪੁੱਟਿਆ ਤੇ ਜ਼ਿੰਦਾ ਦੱਬ ਦਿੱਤਾ। ਨੀਲਮ ਦੇ ਇਸ ਖੁਲਾਸੇ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਮੌਕੇ ਤੇ ਪਹੁੰਚ ਗਏ ਅਤੇ ਬੱਚੀ ਨੂੰ ਟੋਏ ਦੇ ਵਿੱਚੋਂ ਬਾਹਰ ਕੱਢਿਆ। ਤੁਰੰਤ DMC ਹਸਪੀਟਲ ਦੇ ਵਿੱਚ ਲੈ ਗਏ, ਪਰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਨੀਲਮ ਦੇ ਵਿਰੁੱਧ IPC ਦੀ ਧਾਰਾ 364 ਤਹਿਤ ਕਤਲ ਦੇ ਇਰਾਦੇ ਨਾਲ ਅਗਵਾ ਕਰਨ ਦੇ ਦੋਸ਼ ਨੇ। ਇਸ ਤੋਂ ਇਲਾਵਾ ਬੱਚੀ ਦੀ ਮੌਤ ਤੋਂ ਬਾਅਦ ਕਤਲ 302 ਅਤੇ ਸਬੂਤ ਨਸ਼ਟ ਕਰਨ 201 ਦੀਆਂ ਵਾਧੂ ਧਰਾਵਾਂ ਵੀ ਜੋੜ ਦਿੱਤੀਆਂ ਨੇ। ਉਦੋਂ ਤੋਂ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ। ਹੁਣ ਅਦਾਲਤ ਨੇ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ। ਥੋੜੇ ਸਮੇਂ ਬਾਅਦ ਫੈਸਲਾ ਆਵੇਗਾ
ਕਿ ਦੋਸ਼ੀ ਨੂੰ ਕੀ ਸਜ਼ਾ ਦਿੱਤੀ ਗਈ ਹੈ, ਫਾਂਸੀ ਜਾਂ ਉਮਰ ਕੈਦ। ਪਰ ਦੂਜੇ ਪਾਸੇ ਪੀੜਤ ਪਰਿਵਾਰ ਫਾਂਸੀ ਦੀ ਸਜ਼ਾ ਮੰਗ ਰਿਹਾ ਔਰ ਦਿਲਰੋਜ਼ ਦੇ ਕਤਲ ਨੂੰ ਲੈ ਕੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਲਈ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ। 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਇਹ ਕਤਲਕਾਂਡ ਹੋਇਆ ਸੀ, ਜਿਸ ਦੇ ਨਾਲ ਪੂਰਾ ਪੰਜਾਬ ਦਹਿਲ ਗਿਆ ਸੀ।